गौड़ी की वार महला चौथा एक ओंकार सतगुर प्रसाद श्लोक महला चौथा सतगुर पुरख दयाल है जिसनु समत सब कोई एक दृष्ट कर देखदा मन भावनी ते सिद्ध होई। सतगुर पुरख दयाल है, पहली तो गल सतगुर पुरख आज कहे दयाल है, दयाल सब उपर दयाल है, जो सारी सृष्टि नू है, जो है ऐसा उपदेश है जिद ने सारी सृष्टि भव सागर चौथा जी बच इनू रहम आंदा है, लोग भव सागर डुबदे ने दुखी होंदे ने, इन्हां ते रहम करके ऐसा उपदेश दिंदा है। आप भव सागर तो तरिया होया है, सतगुर पुरख आप सब भव सागर तो तरिया होया, दूजे नू तारण का उपदेश कर रहे है, इस करके दयाल है, दया होती है इनू जीवन से। जिसनु समत सब कोई, और उन सारी समस्या है, प्रेस मत उसे को तार देने की मत है, उसे को तार देने स्थिति और बिल्कुल स्पष्ट है, ऐसी कोई गल नहीं है जिसे उन ज्ञान न हो तार की बजाय डोबे डोबे क्या अधूरा सारे सारी चुनौती है उसे को कर तो पाल लै जान वाली मत लोग होगी, पर सब तो श्रेष्ठ मत ए को लोगों अद्धी पचती अधूरी बधूरी हो ए को पूरी मत है। एक दृष्टि का देखदा मन भावनी ते सिद्धि हुई, एक दृष्टि का देखदा जिन्हें लोग ने ना संसार से आदमियों की गल है, आदमियों की आदमियों नु समझा रहे आदमी की भाषा च, जानवरों नु नहीं समझा रहे जानवरों की भाषा च, जानवरों नु समझा रहे गुरु परमेश्वर, चाहे कोई ताकत है, चाहे कोई एदा दुश्मन है, चाहे कोई एदा विरोधी है, चाहे कोई एनु चंगा बनता है, चाहे कोई माड़ा बनता है, ये सारे नु इको दृष्टि नु देखदा है, ਇਹਨੇ ਸਾਰਿਆਂ ਨੂੰ ਆਪਣਾ ਮਿੱਤਰ ਬਣਿਆ ਹੋਇਆ, ਮਿੱਤਰ ਬਣ ਕੇ ਉਹਨਾਂ ਦੇ ਭਲੇ ਵਾਸਤੇ ਉਪਦੇਸ਼ ਕਰ ਰਿਹਾ, ਇੱਕ ਦ੍ਰਿਸ਼ਟ ਕਰ ਦੇਖਦਾ ਸਾਰਿਆਂ ਨੂੰ ਕੋਈ ਦ੍ਰਿਸ਼ਟੀ ਨੂੰ ਦੇਖਦਾ, ਇਹਦਾ ਕੋਈ ਵੈਰੀ ਬੁਗਾਨਾ ਨਹੀਂ ਹੈ, ਲੋਕ ਇਹਨੂੰ ਵੈਰੀ ਬੁਗਾਨਾ ਮੰਨਦੇ ਨੇ ਮੰਨਦੇ ਰਹਿੰਦੇ ਉਹਨਾਂ ਨੂੰ ਖਿਆਲ ਰਹੇ ਜੀ ਸਮਝ ਹੈ ਜੀ, ਤਾਂ ਕਰਕੇ ਮੰਨਦੇ ਨੇ, ਇਹ ਨੀ ਮੰਨ ਸਕਦਾ। ਮਨ ਭਾਵਨੀ ਤੇ ਸਿੱਧੀ ਹੋਈ, ਮਨ ਭਾਵਨੀ ਤੇ ਸਿੱਧੀ ਹੋਏ, ਜੇ ਕਿਸੇ ਦੇ ਮਨ ਦੇ ਵਿੱਚ ਇੱਛਾ ਹੈ ਭਵ ਸਾਗਰ ਤਰਨ ਦੀ ਤਾਂ ਉਹ ਸਫਲ ਹੋ ਜੂਗਾ, ਭਵ ਸਾਗਰ ਤਰਨ ਤੇ ਭਵ ਸਾਗਰ ਦਾ ਤਰੂਗਾ ਆਦਮੀ ਆਪਣੀ ਇੱਛਾ ਨਾਲ ਆਪਣੀ ਭਾਵਨੀ ਨਾਲ, ਜੇ ਉਹਦੇ ਆਪਣੇ ਮਨ ਦੇ ਵਿੱਚ ਭਾਵਨਾ ਹੈ ਨਾ ਸਤਗੁਰ ਦੇ ਬਚਨ ਨੂੰ ਮੰਨਣ ਦੀ, ਬੰਦ ਕੇ ਚੱਲਣ ਦੀ, ਠੀਕ ਹੈ ਜੀ, ਕਾਰੇ ਦੌੜੇ ਤਾਂ ਉਹ ਭਵ ਸਾਗਰ ਦੌੜ ਹੀ ਕਰੂਗਾ, ਪਰ ਸਤਗੁਰ ਸਭ ਨੂੰ ਉਪਦੇਸ਼ ਕਰੀ ਜਾਂਦਾ। मन भावनी किदे वास्ते कहा है भी, जे अपने जेड़ा बंदा भव सागर मन तरना चाहुंदा है, सुन रहा है जेड़ा सुन रहा है, ठीक है जी, सब को जो जिनू उपदेश दे है दे रहे है सतगुर, सृष्टि दे तुकां दे मुक्ति भावना जो है ओ उपदेश प्रति ओदे नाल उहनां दा सिद्धि होनी प्राप्त होनी, ठीक है, सिद्धि तो भाव है जी, सतगुर विच अमृत है हर उत्तम हर पद सोए, नानक कृपा ते हर त्याई है गुरमुख पावे कोई। ਚਸ਼ਮਾ ਕਰਦਾ ਕੋਈ ਪੀ ਕੇ ਅੰਮ੍ਰਿਤ ਨੂੰ ਤਰਜੂਗਾ,
ਦੇ ਗਿਆਨ ਨੂੰ ਅੰਮ੍ਰਿਤ ਗਿਆਨ ਕਹਿੰਦੇ ਨੇ। ਸੱਚ ਦਾ ਗਿਆਨ ਪੁਰਾਣਾ ਨਹੀਂ ਹੁੰਦਾ, ਜੋ ਚੀਜ਼ ਪੁਰਾਣੀ ਨਹੀਂ ਹੁੰਦੀ ਉਹ ਅੰਮ੍ਰਿਤ ਹੈ, ਮਰਦਾ ਨਹੀਂ, ਉਹਦੀ ਮਿੱਟੀ ਨਹੀਂ ਹੁੰਦੀ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਹੋਈ। ਇਸ ਕਰਕੇ ਜਿਹੜਾ ਪਦ ਹੈ, ਪਦਵੀ ਹੈ, ਸਤਿਗੁਰ ਦੀ ਅਵਸਥਾ ਹੈ, ਇਹ ਉੱਤਮ ਪਦਵੀ ਹੈ। ਇਹ ਤੋਂ ਉੱਚੀ ਕੋਈ ਪਦਵੀ ਨਹੀਂ ਹੈ, ਸੰਸਾਰ ਦੇ ਤੋਂ ਉੱਚੀ ਕੋਈ ਪਦਵੀ। ਇਹਨੂੰ ਭਗਤ ਕਹਿ ਲੋ, ਇਹਨੂੰ ਸਤਿਗੁਰ ਕਹਿ ਲੋ, ਇਹਨੂੰ ਪੁਰਖ ਕਹਿ ਲੋ, ਇਹ ਕੋਈ ਪਦਵੀ ਦੇ ਲੋੜ ਨਹੀਂ। ਇਹ ਤੋਂ ਵੱਡਾ ਪਦ ਵੀ ਹੈ, ਇਹ ਤੋਂ ਕੋਈ ਉੱਚੀ ਅਵਸਥਾ। ਠੀਕ ਹੈ ਜੀ। ਨਾਨਕ ਕਿਰਪਾ ਤੇ ਹਰ ਧਿਆਈਐ ਗੁਰਮੁਖੀ ਪਾਵੇ ਕੋਈ। ਨਾਨਕ ਕਹਿੰਦਾ ਕਿਰਪਾ ਹੋਵੇ ਪਰਮੇਸ਼ਰ ਦੀ, ਤਾਂ ਹਰ ਦੇ ਵਿੱਚ ਧਿਆਨ ਲੱਗੇ, ਭਾਗ ਚੁੱਕੇ ਹੋਣ ਤਾਂ ਅੰਤਰ ਧਿਆਨ ਹੋਵੇ, ਨਾਮ ਨਾਲ ਧਿਆਨ ਜੁੜੇ, ਗੁਰਮੁਖ ਪਾਵੇ ਕੋਈ। ਐਸੀ ਅਵਸਥਾ ਨੂੰ ਕੋਈ ਗੁਰਮੁਖੀ ਪ੍ਰਾਪਤ ਕਰ। ਗੁਰਮੁਖ ਦੀ ਅਵਸਥਾ ਹੈ ਜੈਸਾ ਸੇਵੇ ਤੈਸਾ ਹੋਏ, ਇਹ ਸਤਿਗੁਰ ਦੀ ਸੇਵਾ ਕਰਦਾ ਤਾਂ ਗੁਰਮੁਖ ਬਣ ਜਾਂਦਾ, ਸਤਿਗੁਰ ਹੀ ਬਣ ਜਾਂਦਾ, ਸਤਿਗੁਰ ਦੀ ਅਰ ਗੁਰਮੁਖ ਦੀ ਕੋ ਅਵਸਥਾ। ਠੀਕ ਹੈ ਜੀ। ਮਹੱਲਾ ਚੌਥਾ, ਹਉਮੈ ਮਾਇਆ ਸਭ ਬਿਖ ਹੈ, ਨਿਤ ਜਗ ਟੋਟਾ ਸੰਸਾਰ, ਲਾਹਾ ਹਰ ਧਨ ਖੱਟਿਆ ਗੁਰਮੁਖੀ ਸ਼ਬਦ ਵਿਚਾਰ। ਹਉਮੈ ਮੈਲ ਬਿਖ ਉਤਰੈ ਹਰ ਅੰਮ੍ਰਿਤ ਹਰ ਉਰਧਾਰ, ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖੀ ਕਿਰਪਾ ਧਾਰ। ਹਉਮੈ ਮੈਲ ਬਿਖ ਉਤਰੈ, ਹਉਮੈ ਮੈਲ ਹੈ ਜਿਹੜੀ ਮਾਇਆ ਕਰਕੇ ਚੜੀ ਹੋਈ, ਬਿਖ ਮਾਇਆ ਦੀ ਕਰਕੇ ਚੜੀ ਹੋਈ ਹੈ, ਇਹ ਉਤਰ ਜਾਂਦੀ ਹੈ ਸ਼ਬਦ ਵਿਚਾਰ ਨਾਲ। ਸ਼ਬਦ ਵਿਚਾਰ ਜਿਹਨਾਂ ਨੇ ਖੱਟ ਲਿਆ ਉਹਨਾਂ ਦੀ ਉਮਰੀ ਉਤਰ ਜਾਂਦੀ, ਗੈਰ ਉਤਰ ਜਾਂਦੀ ਹੈ। ਹਰ ਅੰਮ੍ਰਿਤ ਹਰ ਉਰਦਾ, ਉਹਨਾਂ ਨੇ ਹਰ ਅੰਮ੍ਰਿਤ ਹਿਰਦੇ ਵਿੱਚ ਧਾਰਨ ਕਰ ਲਿਆ, ਸ਼ਾਂਤੀ ਆ। ਠੀਕ ਹੈ ਜੀ। ਹਰ ਦੇ ਗੁਣ ਜਿਹੜੇ ਹੈ ਉਹ ਧਾਰਨੇ ਹੈ ਜੀ ਹਿਰਦੇ ਵਿੱਚ। ਹਾਂ, ਉਹਦੇ ਗੁਣ ਧਾਰਨੇ। ਠੀਕ ਹੈ ਜੀ। ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰੂ ਕੀ ਕਿਰਪਾ ਧਾਰ। ਸਭ ਕਾਰਜ ਤਿਨ ਕੇ ਸਿੱਧ ਹੈ, ਉਹਨਾਂ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ ਜਿਨ ਗੁਰਮੁਖੀ ਕਿਰਪਾ ਧਾਰ, ਜਿਨ੍ਹਾਂ ਤੇ ਗੁਰਮੁਖੀ ਕਿਰਪਾ ਹੋ ਗਈ। ਗੁਰਮੁਖੀ ਕਿਰਪਾ ਕੀ ਹੁੰਦੀ ਹੈ? ਉਹ ਮੇਰੇ ਨੂੰ ਫਰਮਾਨ ਹੋ ਵਰਸੋ ਕਿਰਪਾ ਧਾਰ, ਉਹਨਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ, ਨਾਨਕ ਜੋ ਧੁਰ ਮੇਲੇ ਸੇ ਮਿਲ ਰਹੇ ਹਰ ਮੇਲੇ ਸਿਰਜਣ ਹਾਰ। ਜੋ ਆਤਮਾ ਨੂੰ
ਬਣੇ ਰਹੇ, ਆਪਣੇ ਗੁਣ ਨਾ ਬਣੇ ਰਹੇ, ਉਹੀ ਬਣੇ ਰਹਿ ਗਏ ਸਰੀਰ ਛੱਡਣ ਤੋਂ ਬਾਅਦ। ਨਾਨਕ ਜੋ ਮਿਲੇ ਸੋ ਮਿਲ ਰਹੇ, ਜੋ ਤੁਰ ਮਿਲੇ ਸੇ ਮਿਲ ਰਹੇ, ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ, ਤੁਧ ਨੂੰ ਸਭ ਧਿਆਈ ਦੀ, ਸਭ ਲੱਗੇ ਤੇਰੀ ਪਾਈ। ਤੂੰ ਸੱਚਾ ਸਾਹਿਬ ਸੱਚ ਹੈ, ਤੂੰ ਸਾਹਿਬ ਹੈ ਤੈਨੂੰ ਦਸਾਇਆ ਦਾ, ਸੱਚਾ ਵੀ ਹੈ। ਸੱਚ ਹੈ, ਸੱਚ ਦਾ ਮਤਲਬ ਹਮੇਸ਼ਾ ਰਹਿਣ ਵਾਲਾ ਹੈ, ਸੱਚਾ ਤਾਂ ਤੇਰਾ ਗੁਰ, ਸੱਚ ਦਾ ਮਤਲਬ ਹਮੇਸ਼ਾ ਰਹਿਣ ਵਾਲਾ, ਹਮੇਸ਼ਾ ਮੌਜੂਦ ਹੈ ਤੇਰਾ। ਇਹ ਮੂਲ ਨੂੰ ਕਿਹਾ ਜਾ ਰਿਹਾ ਜੀ? ਮੂਲ ਨੂੰ। ਅੱਛਾ ਜੀ, ਮੂਲ ਨੂੰ ਕਿਹਾ ਜਾ ਰਿਹਾ, ਉਹ ਤਾਂ ਪਰਮਾਤਮਾ ਪਰਮੇਸ਼ਰ ਦਾ। ਠੀਕ ਹੈ। ਸੱਚਾ ਸਾਹਿਬ ਸੱਚ, ਸੱਚ ਸੱਚਾ ਗੋਸਾਈ, ਸੱਚਾ ਮਾਲਕ ਹੈ ਤੂੰ ਗੋਸਾਈ ਦਾ, ਸੁਰਤ ਦਾ ਮਾਲਕ ਤੂੰ, ਬੁੱਧ ਦਾ ਮਾਲਕ ਤੂੰ, ਤੁਧ ਨੂੰ ਸਭ ਧਿਆਈ ਦੀ, ਸਭ ਲੱਗੇ ਤੇਰੀ ਪਾਣੀ। ਠੀਕ ਹੈ, ਪਰ ਇਹ ਤੂੰ ਸੱਚਾ ਸਾਹਿਬ ਸੱਚ ਹੈ, ਇਹ ਫਿਰ ਪਰਮੇਸ਼ਰ ਵਾਸਤੇ ਕਿਹਾ ਗਿਆ ਕਿ ਫਿਰ ਆਪਾਂ ਕਰ ਲਈਏ ਸਪਸ਼ਟ ਕਿ ਇਹ ਮੂਲ ਵਾਸਤੇ ਕਿਹਾ ਗਿਆ? ਪਰਮੇਸ਼ਰ ਆ ਰਹੇ, ਪਰਮੇਸ਼ਰ ਆ ਰਹੇ ਦੋ ਨਿਸ਼ਾਨ ਇੱਕ ਹੈ। ਅੱਛਾ ਜੀ, ਜੇ ਬੋਲੇ ਤਾਂ ਵੀ ਪਰਮੇਸ਼ਰ ਹੈ, ਜੇ ਆਦਮੀ ਬੋਲਿਆ ਵੀ ਗੁਪਤ ਹੈ, ਫਿਰ ਕਿਹੜਾ ਉਹਦੀ ਤਾਕਤ ਘੱਟ ਗਈ? ਬਿਆਨ ਮੈਂ ਜੋ ਦਿੱਤਾ ਨੀ, ਹੁਕਮ ਸੁਣਾਇਆ ਨੀ ਜੱਜ ਨੇ, ਫਿਰ ਕਿਹੜਾ ਉਹਦੀ ਤਾਕਤ ਘੱਟ ਹੈ? ਹੁਕਮ ਸੁਣਾ ਤਾਂ ਤਾਂ ਜਿਹੜਾ ਤਾਕਤ ਵੱਧ ਗਈ, ਇੱਕੋ ਹੀ ਹੈ, ਦੋ ਨੀ ਹੋ ਸਕਦੇ। ਬੁੱਧੀ ਕਹਿ ਰਹੀ ਹੈ ਚਿੱਤ ਇੱਕ ਦੇ, ਚਿੱਤਰ ਬਣ ਜਾ ਹੁੰਦਾ ਹੈ, ਫਿਰ ਦੋ ਹੁੰਦੇ। ਵਿਵੇਕ ਬੁੱਧੀ ਬੋਲੂਗੀ ਇਸ ਅਵਸਥਾ ਵਿੱਚ। ਠੀਕ ਹੈ। ਇਹ ਤੁਰਕੀ ਬਾਣੀ ਜਿਹੜੀ ਹੈ, ਤੁਰਕੀ ਬਾਣੀ ਇਸ ਅਵਸਥਾ ਚ ਰਚੀ ਗਈ ਹੈ, ਗੁਰਮੁਖੀ ਬੋਲੀ ਹੈ, ਇਹ ਤਾਂ ਵਿਵੇਕ ਬੁੱਧੀ ਦੀ ਦੱਸੀ ਗੱਲ ਹੈ। ਚਿੰਤਾ ਮਨ ਤਾਂ ਇੱਥੇ ਸੱਚ ਜਿਹੜਾ ਹੈ, ਚਿੰਤਾ ਮਨ ਇਕੱਠੇ ਤਾਂ ਸੱਚ ਹੈ। ਜੇ ਸੱਚ ਜੇ ਮਨ ਸਾਡਾ, ਫਿਰ ਸੱਚਿਆਂ ਔਰ ਕੂੜਿਆਂ ਨੇ ਫਿਰ ਲਫ਼ਜ਼ ਹੋਰ ਦੂਰ ਵਾਸਤੇ, ਫਿਰ ਤਾਂ ਸ਼ਬਦ ਹੋਰ ਵਰਤੇ ਨੇ, ਕੂੜਿਆਂ ਔਰ ਸੱਚਿਆਂ ਵਰਤੇ। ਵਿਵੇਕ ਬੁੱਧੀ ਗੁਰਮੁਖ ਦੇ ਰੂਪ ਚ ਹੁੰਦੀ ਹੈ, ਉਹ ਭੇਦ ਖੋਲ ਨੀ ਹੁੰਦੀ ਹੈ ਸੱਚਖੰਡ ਦੇ, ਹਰ ਦਰਗਾਹ ਕੀ ਬਾਤਾਂ ਨਾਨਕਾ ਸੁਣਾ ਦੇ। ਠੀਕ ਹੈ ਜੀ। ਪਾਣੀ ਤੋਂ ਭਾਵ ਇੱਥੇ ਕੀ ਹੈ, ਕਿਉਂਕਿ ਪਰਮੇਸ਼ਰ ਦਾ ਤਾਂ ਕੋਈ ਰੂਪ ਨਾ ਰੇਖ ਨਾ ਰੰਗ, ਇਹ ਬੜਾ ਭੁਲੇਖਾ ਹੈ ਸਾਨੂੰ, ਕਿ ਗੁਰ ਕੇ ਚਰਨ ਜਾਂ ਇੱਥੇ ਪਾਣੀ ਲਿਖਿਆ, ਤਾਂ ਇਹਦਾ ਕੀ ਭਾਵ ਬਣਦਾ ਜੀ? ਪਾਣੀ ਤੇਰੇ ਅਨੁਸਾਰ ਨੇ ਸਾਰੇ, ਜੋ ਤੂੰ ਤੇਰੀ ਸੋਚ ਹੈ, ਤੇਰੀ ਸੋਚ ਦੇ ਮੁਤਾਬਕ ਸਾਰੇ ਦੀ ਸੋਚ ਹੈ। ਦਰਿਆ ਚੱਲਦਾ, ਪਿੱਛੇ ਪਿੱਛੇ ਬਣ ਜਾ ਰਿਹਾ ਪਾਣੀ ਲੱਗਿਆ ਹੋਇਆ, ਉਹ ਪੂਰੀ ਪੈਰ ਚ ਪੈਰ ਰੱਖ ਰਹੇ ਕਹਿੰਦੇ ਭਾਵ। ਅਨੁਸਰਣ ਕਰਨਾ, ਅਨੁਸਰਣ। ਠੀਕ ਹੈ। ਪਾਣੀ ਕੀ ਚਲਾਉਣਾ? ਹਾਂਜੀ ਠੀਕ ਹੈ ਜੀ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ
ਤਿਸ ਪਾਰ ਲੰਘਾਈ। ਜਿਹੜੀ ਸਿਫਤ ਸੁਹਾਲੇ ਉਸ ਰੂਪ ਹੈ, ਜਿਹੜੀ ਸਿਫਤੀ ਹੈ ਸੁਹਾਲੇ ਉਹ ਸੋਹਣੀ ਲੱਗਦੀ ਹੈ। ਇਹ ਤੇਰਾ ਸਰੂਪ ਹੈ ਜਿਹੜੀ ਕੀਤੀ ਤਿਸ ਪਾਰ ਲੰਘਾਈ। ਤੇਰੀ ਸਿਫਤ ਪ੍ਰਬੰਧ ਤੇਰੀ ਸਿਫਤ ਲਾਈ ਤੇਰਾ ਸਰੂਪ ਹੈ। ਜਿਹਨੇ ਸਿਫਤ ਕੀਤੀ ਹੈ ਪਾਰ ਲੰਘਿਆ। ਜੇ ਕੋਈ ਤੇਰਾ ਸਰੂਪ ਹੈ ਤਾਂ ਤੇਰੀ ਸਿਫਤ ਸਲਾਹੀ ਤੇਰਾ ਸਰੂਪ ਹੈ। ਠੀਕ ਹੈ ਜੀ। ਗੁਰਮੁਖਾਂ ਨੂੰ ਫਲ ਪਾਇੰਦਾ ਸੱਚ ਨਾਮ ਸਮਾਈ, ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਫਲ ਲੱਗ ਜਾਂਦਾ, ਉਹ ਫਲਦੇ ਨੇ ਸਾਰੇ ਗਿਆਨ ਫਲ ਲੱਗਦਾ ਉਹਨਾਂ ਨੂੰ ਉਸ ਕੀ ਲੱਗਦਾ। ਗੁਰਮੁਖਾਂ ਨੂੰ ਫਲ ਲੱਗਦਾ ਗਿਆਨ ਫਲ ਲੱਗਦਾ ਸੱਚ ਨਾਮ ਸਮਾਈ। ਸੱਚ ਨਾਮ ਸਮਾਈ ਕਿਉਂਕਿ ਸੱਚ ਨਾਮ ਦੇ ਵਿੱਚ ਸੁਭਾਏ ਰਹਿੰਦੇ ਨੇ। ਜਿਵੇਂ ਤੂੰ ਬੁਲਾਉਣਾ ਹੋਵੇ ਬੋਲਦੇ ਨੇ, ਜੋ ਬੋਲਦੇ ਨੇ ਉਹੀ ਫਲ ਹੈ। ਜੋ ਸੰਸਾਰ ਨੂੰ ਬੋਲ ਕੇ ਸਰੋਦੇ ਉਹੀ ਤਾਂ ਫਲ ਹੈ। ਹੋਰ ਫਲ ਕੀ ਹੈ? ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ। ਇਹ ਮੇਰੇ ਵੱਡੇ ਸਾਹਿਬਾ ਤੇਰੀ ਵਡਿਆਈ ਵੱਡੀ ਹੈ। ਠੀਕ ਹੈ ਜੀ।